ਠੀਕ ਹੈ ਇਹ ਮਾਸ਼ਾਅੱਲਾ ਜੀ ਇਹ ਸਾਡੇ ਭਾਈ ਹੋਰਾਂ ਦਾ ਇਨਾਮ ਆਪਣੇ ਸਾਰੇ ਪਹੁੰਚ ਗਏ ਨੇ ਉੱਥੇ ਸਭ ਦਾ ਮਾਨ ਸਨਮਾਨ ਕੀਤਾ ਜਾਏਗਾ ਸਾਰਿਆਂ ਨੂੰ ਉੱਥੇ ਹੀ ਪਹੁੰਚ ਤੈਗ ਵੱਡੀ ਜਾਏਗਾ ਅੱਜ ਹੀ ਸੁਬਹਾ ਦਾ ਟੂਰਨਾਮੈਂਟ ਖੇਡ ਰਹੇ ਆ ਵੇਖੋ ਹੁਣ ਕੀ ਬਣਦਾ ਮੋਬਾਈਲ ਦਾ ਪਾਸਵਰਡ ਓਏ ਇੱਥੇ ਖੇਲਨੇ ਆ ਤੇ ਸਵੇਰ ਦੇ ਲੱਗੇ ਆ ਸਾਰੀ ਦੁਪਹਿਰ ਜ਼ਲੀਲ ਹੋਏ ਆ ਤਕਰੀਬਨ ਕੋਈ ਸੈਮੀ ਫਾਈਨਲ ਚ ਬਾਹਰ ਹੋਇਆ ਤੁਹਾਡਾ ਭਰਾ ਤੇ ਆਪਣੇ ਪਿੰਡ ਦਾ ਇੱਕ ਮੁੰਡਾ ਅੱਗੇ ਆ ਗਿਆ ਹੋਇਆ ਚਾਰ ਜਣੇ ਖੇਡਨੇ ਆ ਆਇਆ ਤੇ ਪਹਿਲੇ ਰਾਉਂਡ ਚ ਬਾਹਰ ਹੋ ਗਿਆ ਸੀ ਮੈਂ ਪੰਜਵੇਂ ਰਾਉਂਡ ਚ ਜਾ ਕੇ ਬਾਹਰ ਹਾਂ ਮੈਚ ਹੋ ਰਿਹਾ ਸਾਫਾ ਸਾਹਿਬ ਸੈਮੀ ਫਾਈਨਲ ਚ ਬਾਹਰ ਹੋ ਗਿਆ ਤੇਰੀ ਕ੍ਰਿਕਟ ਵੇਖਣ ਆਇਆ ਤੂੰ ਮਮਾ ਬਿਸਤਰੀ ਛੱਕੇ ਵੀ ਵੇਖੇ ਨੇ ਛੱਕੇ ਤੇਰੇ ਵੇਖੇ ਛੱਕੇ ਪਹਿਲਾਂ ਤੇ ਮੱਚ ਪਿਆ ਆਪਾਂ ਵੀ ਲਿਆ ਜਿੱਤਣਾ ਹੀ ਗੇਮ ਬੜੀ ਸਹੀ ਕੀਤੀ ਹੈ ਪਰ ਇੱਕ ਬਾਲ ਤੇ ਇੱਕ ਛੱਕਾ ਚਾਹੀਦਾ ਸੀ ਹਾਂ ਮੈਂ ਮਾਵੀ ਨੇ ਕਿਹਾ ਸੀ ਛੱਕੇ ਮਾਰੇ ਫਾਈਨਲ ਮੈਚ ਹੈ ਫਾਈਨਲ ਤੇ ਸਾਡੇ ਪਿੰਡ ਦਾ ਅਡਲ ਬਿਲਿਆ ਇੱਕ ਛੱਕਾ ਅਗਰ ਨਹੀਂ ਸੀ ਦੱਸਿਆ ਤੇਰੀ ਲੈਗ ਬਹੁਤ ਛੋਟੀ ਹੈ ਦੋ ਬਾਲਾਂ ਨੇ ਖੇਡ ਲਏ ਸ਼ਾਬਾ ਗੇੜਾ ਵਾਈਡ ਬਾਲ ਹੀ ਵਾਈਡ ਬਾਲ ਹੀ ਚਵਲੇ ਜਾਈਏ ਇੱਕ ਛੱਕਾ ਚਾਹੀਦਾ ਮੈਨੂੰ ਲੱਗਦਾ ਬਿੱਲ ਮਰ ਗਿਆ ਕੰਮ ਕੰਮ ਮਰ ਗਿਆ ਪ੍ਰੋਗਰਾਮ ਕੋਈ ਨੀ ਹੜਾਂਗੇ ਵੀ ਤੇ ਥੋੜੀ ਬਹੁਤੀ ਕਮਿਸ਼ਨ ਆਣੀ ਕਮਿਸ਼ਨ ਆ ਗਈ ਹੈ ਕਿ 5000 ਰੁਪਏ ਆ ਗਏ 5000 ਤੇ ਪੱਕਾ ਹੈ ਐ ਤੇ ਅਸਨ ਵੀ ਖੇਲੇ ਹਨ ਇਹਨਾਂ ਨੇ ਬਿੱਲੇ ਨੂੰ ਕੁਰਬਾਨੀ ਦੇ ਦਿੱਤੀ ਬਿੱਲਾ ਡਰ ਗਿਆ ਅਦਲ ਬਾਲਾਂ ਘੜਾ ਰਿਹਾ ਪ੍ਰੋਗਰਾਮ ਤੋਂ ਵੜ ਗਿਆ ਤਿੰਨ ਬੰਦੇ ਫੇਰ ਕੋਈ ਨੀ ਮੈਂ ਐਵੇਂ ਸੈਮੀ ਫਾਈਨਲ ਚ ਬਾਹਰ ਹੋਇਆ ਮੈਨੂੰ 2000 ਲੱਭ ਜਾਣ ਲੱਭੇਗਾ ਅਸੀਂ ਡਾਲਰਾਂ ਚ ਪੈਸੇ ਲੈਣੇ ਆ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਇੱਥੇ ਚੱਲ ਐਂਡ ਤੇ ਆ ਕੇ ਸੈਮੀ ਫਾਈਨਲ ਚ ਮੈਂ ਉੱਥੋਂ ਪਿੰਡੂ ਆਇਆ ਤੇਰਾ ਮੈਚ ਵੇਖਣ ਤੂੰ ਖੇਲਣੇ ਆਏ ਹੈ ਔਰ ਹਮਾਰੇ ਆਜ ਕੇ ਵਿਨਰ
ਮਾਸ਼ਾਅੱਲਾ ਜੀ ਇਹ ਸਾਡੇ ਭਾਈ ਹੋਰਾਂ ਦਾ ਇਨਾਮ ਹੈ ਇਹ ਇਹ ਵੇਖੋ ਜੀ ਮੁਬਾਰਕ ਹੋਵੇ ਬੋਲ ਬੋਲ ਕੇ ਹਾਰ ਜੀਤ ਤੇ ਹੁੰਦੀ ਹੈ ਪਰ ਖੇਡਣ ਦਾ ਮਜ਼ਾ ਇੱਕ ਲੈਦਾ ਹੀ ਹੈ ਹੁਣ ਆਹ ਜਿਹੜੇ ਪੈਸੇ ਆਏ ਨਾ ਇਹਨਾਂ ਦਾ ਕੁਛ ਖਾਵਾਂ ਪੀਵਾਂਗੇ ਇਹਨਾਂ ਨੂੰ ਨਾਲ ਨੀ ਕਰਾਂਗੇ ਬਾਬਾ ਜੀ ਜਿੰਨੀ ਮਾਮੀ ਆਈ ਹੈ ਨਾ ਇਹਨਾਂ ਨੂੰ ਰਜਾਨੇ ਆ ਤੇ ਹੁਣ ਜਿਹੜਾ ਨਹੀਂ ਟਰਾਫੀ ਉਹ ਟਰਾਫੀ ਦੇ ਉਹ ਮੇਰੀ ਮੇਰੀ ਟਰਾਫੀ ਦੇ ਚੋਰਾ ਚੋਰਾ ਟਰਾਫੀ ਦੇ ਸਾਡੀ ਪੈਸੇ ਲੈਣੇ ਨੇ ਲੀਲਾ ਮੇਰੀ ਟਰਾਫੀ ਦੇ ਲੈ ਮਸਲੀਆ ਤੁਹਾਡੇ ਭਰਾ ਦੀ ਪਰਫਾਰਮੈਂਸ ਤਾਂ ਬੜੀਆ ਵੀ ਸੀ ਅੱਗੇ ਮੈਂ ਵਿੱਚ ਵਿੱਚ ਲਾਵਾਂਗਾ ਬਾਲਿੰਗ ਵੀ ਕੀਤੀ ਹੈ ਪਰ ਸਮੀ ਮੈਂ ਜਾ ਕੇ ਜਦੋਂ ਜੋ ਵੀ ਇਹ ਰਨਰ ਅਪ ਬਣੇ ਆ ਤੇ ਪਿੰਡ ਦਾ ਥੋੜਾ ਜਨਾਬ ਹੁਣ ਆ ਗਏ ਆ ਜੀ ਰੈਸਟੋਰੈਂਟ ਥੱਕ ਬਹੁਤ ਗਏ ਆ ਫੁੱਲ ਦੁਪਹਿਰ ਚ ਵੀ ਖੇਡਦੇ ਰਹੇ ਆ ਉਸ ਤੋਂ ਬਾਅਦ ਜੀ ਇੱਥੇ ਆ ਕੇ ਬੈਠੇ ਹਾਂ ਕਾਫੀ ਦੇਰ ਹੋਈ ਆਰਡਰ ਸ਼ਾਰਡਰ ਲੱਗ ਰਿਹਾ ਆਰਡਰ ਆਉਣਾ ਸ਼ੁਰੂ ਹੋ ਗਿਆ ਬੋਟੀਆਂ ਨੇ ਫਿਰ ਬੋਟੀਆਂ ਜੁੜ ਜਾ ਕੁਛ ਖਾ ਪੀ ਕੇ ਇੱਥੋਂ ਤੇ ਹੁਣ ਚੱਲਦੇ ਹਾਂ ਜੀ ਵਾਪਸ ਪਿੰਡ ਹਾਂਜੀ ਭਾਅ ਜੀ 500 ਦੀ ਟੈਂਕੀ ਫੁੱਲ ਕਰ ਦੇ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਨਾ ਫਿੱਟ ਫਾਟ ਹੋ ਅਤੇ ਟਾਈਮ ਜਿਹੜਾ ਨਹੀਂ ਫੁੱਲ ਦੁਪਹਿਰ ਦਾ ਅਸੀਂ ਮਾਸਕ ਮੂਸਕ ਪਾਇਆ ਧੁੱਪ 'ਚ ਗੱਡੀ ਚਲਾ ਲਾਂਗਾ ਤੁਹਾਡਾ ਸਿਆਲਕੋਟ ਤੋਂ ਇੱਕ ਜਾਣਾ ਪਾਰਸਲ ਲੈਣ ਉਹਦੇ ਲਈ ਗੱਡੀ ਦੀ ਟੈਂਕੀ ਕਰਾ ਲਈ ਫੁੱਲ 500 ਦੀ ਹੁੰਦੀ ਹੈ ਚਲਦੇ ਹਾਂ ਜਿਹੜਾ ਨਹੀਂ ਮੈਂ ਤਾਂ ਭੱਟੀ ਚੱਲੇ ਹਾਂ ਡੇਢ ਲੀਟਰ ਪਿਆ 500 ਦਾ ਡੇਢ ਲੀਟਰ ਪੈਟਰੋਲ ਗੱਡੀ ਆਪਣੀ ਕੱਢ ਲਈਏ ਸ਼ਹਿਰ ਨੂੰ ਪਾ ਲਈਏ ਇਹ ਤਾਂ ਖਰਾਬ ਹੈ ਖਾਨ ਸਾਹਿਬ ਆਪ ਮੁਝੇ ਇਹ ਦੇ ਰਹੇ ਦੂਸਰਾ ਪੀਸ ਲੈ ਆਓ ਕੈਸੀ ਲੱਗੀ ਹੈ ਲੈ ਲੈਣੀ ਚਾਹੀਦੀ ਕਿੰਨੇ ਦੀ ਪ੍ਰਾਈਸ ਚਾਹੀਦੀ 400 ਨਹੀਂ ਖਾਨ ਸਾਹਿਬ ਕੋਈ ਪਿਆਰ ਮੁਹੱਬਤ ਕਰੇ ਨਾ ਕੋਈ ਅੱਛੇ ਵਾਲਾ ਸਲੂਕ ਕਰੇ ਨਹੀਂ ਨਹੀਂ ਕਿੰਨੇ ਕੀ ਦੋਗੇ ਇਹ ਮੈਂ ਇਨਕੋ ਦਿਖਾਣੀ ਹੈ ਜਾ ਕਿੰਨੇ ਕੀ ਲਈ ਹੈ ਬਤਾਓ 300 ਨਹੀਂ 250 ਰੁਪਇਆ ਦੂੰਗਾ 300 ਚ ਆਪਣੀ ਗੱਲ ਬਣ ਗਈ ਪਾਰਸਲ ਇੱਕ ਲੈਣ ਆਏ ਹਾਂ ਉਹ ਤਾਂ ਨਹੀਂ ਮਿਲਿਆ ਤੇ ਹੁਣ ਇੱਕ ਜਿਹੜਾ ਨਹੀਂ ਇੱਕ ਟਰੋਜ਼ਰ ਸ਼ਰਟ ਨਾ ਨਿੱਕਰ ਸ਼ਰਟ ਲਈ ਹੈ ਟਰੈਕ ਸੂਟ 'ਚ ਅਤੇ ਉਹ ਲੈ ਕੇ ਹੁਣ ਟਾਈਮ ਕਾਫੀ ਜ਼ਿਆਦਾ ਹੋ ਗਿਆ 6 ਵੱਜ ਗਏ ਨੇ ਅਤੇ ਹੁਣ ਚੱਲੇ ਹਾਂ ਜੀ ਵਾਪਸ ਪਿੰਡ ਚੱਲ ਬਈ ਭੱਟੀ ਉਸ ਤੋਂ ਬਾਅਦ ਇੱਥੋਂ ਹੀ ਗਏ ਨਹੀਂ ਸੀ ਭੱਟੀ ਨੂੰ ਲੱਗ ਗਈ ਭੁੱਖ ਭੱਟੀ ਜਾਂਦਾ ਇੰਜ ਨਹੀਂ ਮੈਂ ਜਾਣਾ ਪਹਿਲਾਂ ਕੁਛ ਖਵਾਓ ਹੁਣ ਭੱਟੀ ਨੂੰ ਇੱਥੇ ਰੋਟੀ ਸ਼ੋਟੀ ਖਵਾਉਂਦੇ ਹਾਂ ਨਾਲ ਹੀ ਇੱਥੇ ਘੇਂਡਾ ਘਰ ਦੇ ਕੋਲ ਵੀ ਜਾਂਦਾ ਖਾਣੀ ਭਾਵੇਂ ਇੱਥੇ ਜੁੱਤੀਆਂ ਬਣਵਾਉਂਦਾ ਇਹਨੇ ਖਾ ਲੈਂਦੀਆਂ ਹੁਣ ਇਹਨੂੰ ਰੋਟੀ ਖਵਾ ਖਾਂਦੇ ਹਾਂ ਚਾਏ ਜੀ ਚਪਲੀ ਕਬਾਬ ਅਤੇ ਨਾਲ ਕੜਾਈ ਨਾਲ ਰੋਟੀ ਖਾ
ਖਾਣਾ ਸ਼ਾਣਾ ਖਾ ਕੇ ਤੇ ਹੁਣ ਚੱਲਨੇ ਆ ਜੀ ਵਾਪਸ। ਹੁਣ ਬਾਬਾ ਜੀ ਬ੍ਰੇਕ ਪਿੰਡ ਜਾ ਕੇ ਲੱਗਣੀ, ਭੱਟੀ ਕੋਲ ਮੁੱਕਿਆ ਹੀ ਨਹੀਂ ਅੱਜ, ਭੱਟੀ ਬਿਸਤ ਕਰਵਾ ਰਿਹਾ। ਰਸਤੇ 'ਚ ਇੱਕ ਮੇਲਾ ਸੀ ਅਤੇ ਉੱਥੇ ਕਬੱਡੀ ਸੀ ਅਤੇ ਕਬੱਡੀ ਹੋ ਰਹੇ ਹੋ ਗਈ ਹੈ। ਕਬੱਡੀ ਪਤਾ ਨੀ ਕੌਣ ਜਿੱਤੇ, ਵਾਪਸ ਆ ਗਿਆ ਜੀ ਤੁਹਾਡਾ ਪਿਆਰ।